ਪ੍ਰੋਗਰਾਮ ਕਾਨੂੰਨੀ ਸਲਾਹ ਵਿੱਚ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਸ਼੍ਰੀ ਅਤਲ ਜੈਰਤ ਬੀਮਾ ਲੋਕਪਾਲ ਯਾਨੀ ਇੰਸ਼ੋਰੈਂਸ ਅੰਬਡਸਮੈਨ ਇਹ ਦੇਖਦੇ ਨੇ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਲद्दाख ਅਤੇ ਚੰਡੀਗੜ੍ਹ ਖੇਤਰ ਨੂੰ ਇਹਨਾਂ ਦਾ ਅਸੀਂ ਆਪਣੇ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਸ਼ੁਕਰੀਆ ਸਰ ਤੇ ਇਹਨਾਂ ਤੋਂ ਅੱਜ ਅਸੀਂ ਜਾਣਕਾਰੀ ਲਵਾਂਗੇ ਕਿ ਇਹਨਾਂ ਦੇ ਵਿਭਾਗ ਦੇ ਇਹਨਾਂ ਦੇ ਸੰਸਥਾਨ ਦਾ ਦੀ ਵਿਸ਼ੇਸ਼ ਕੰਮ ਹੈ ਤੇ ਕਿਸ ਤਰ੍ਹਾਂ ਇੱਕ ਆਮ ਲੋਕਾਂ ਦੀ ਮਦਦ ਕਰਦੇ ਨੇ ਸਰ ਇੰਡੀਆ ਵਿੱਚ ਅਜ ਦੀ ਡੇਟ ਵਿੱਚ 24 ਜਿਹੜੀਆਂ ਕੰਪਨੀਆਂ ਹੈ ਜੀਵਨ ਬੀਮਾ ਕੰਪਨੀਆਂ ਹੈ 31 ਕੰਪਨੀਆਂ ਜਿਹੜੀਆਂ ਹੈ ਉਹ ਗੈਰ ਜੀਵਨ ਬੀਮਾ ਕੰਪਨੀਆਂ ਹੈ ਪੰਜ ਜਿਹੜੀਆਂ ਸਟੈਂਡ ਅਲੋਨ ਹੈਲਥ ਇੰਸ਼ੋਰੈਂਸ ਕੰਪਨੀਆਂ ਹੈ ਸੇ ਸਾਡੇ ਜਿਹੜਾ ਇੰਸਟੀਟਿਊਸ਼ਨ ਹੈ ਇਹ ਸਾਰੀ ਕੰਪਨੀਆਂ ਜਿਹੜੀਆਂ ਹੈ ਸਾਡੇ ਦਾਇਰੇ ਚ ਆਉਂਦੀਆਂ ਸਾਡੇ ਜੂਰਿਸਡਿਕਸ਼ਨ ਜਾਂਦੀਆਂ ਤੇ ਕੰਪਲੇਨੈਂਟ ਨੂੰ ਜਾਂ ਪਾਲਿਸੀ ਹੋਲਡਰ ਨੂੰ ਜਦ ਵੀ ਕੰਪਲੇਨਟ ਹੁੰਦੀ ਹੈ ਕਿਸੇ ਵੀ ਇੰਸ਼ੋਰੈਂਸ ਕੰਪਨੀ ਦੇ ਬਾਰੇ ਤੇ ਪਹਿਲੇ ਤੇ ਸਭ ਤੋਂ ਪਹਿਲੇ ਉਹਨੂੰ ਰਿਸਪੌਂਡ ਕਰਨਾ ਪੈਂਦਾ ਉਹਨੂੰ ਕੰਪਨੀ ਨੂੰ ਅਪਰੋਚ ਕਰਨਾ ਪੈਂਦਾ ਹੈ ਕਿ ਜੀ ਇਹ ਮੇਰੇ ਨਾਲ ਗਲਤੀ ਹੋਈ ਹੈ ਗਲਤ ਕੰਮ ਹੋਇਆ ਹੈ ਤੇ ਇਹਨੂੰ ਤੁਸੀਂ ਰੈਕਟੀਫਾਈ ਕਰੋ ਮੇਰੀ ਸਮਾਧਾਨ ਕਰੋ ਮੇਰੀ ਪ੍ਰੋਬਲਮ ਦਾ ਬਾਈ ਚਾਂਸ ਅਗਰ ਕੰਪਨੀ ਉਸ ਗਰੀਵੈਂਸ ਨੂੰ ਜਾਂ ਉਹਦੇ ਕੰਪਲੇਂਟ ਨੂੰ ਰਿਜ਼ੋਲਵ ਨਹੀਂ ਕਰਦੀ ਤੇ ਗਵਰਨਮੈਂਟ ਦੁਆਰਾ ਇਹ ਕਹਿਵਲਾ ਜਿਹੜਾ ਪੋਰਟਲ ਪ੍ਰੋਵਾਈਡ ਕੀਤਾ ਗਿਆ ਹੈ ਓਮਬਡਸਮੈਨ ਦਾ ਜਿਹੜਾ ਇੱਕ ਦੂਸਰਾ ਫੋਰਮ ਹੈਗਾ ਉਹਦੇ ਵਿੱਚ ਉਹ ਅਪਰੋਚ ਕਰ ਸਕਦਾ ਹੈ ਉਹ ਕੰਪਲੇਂਟ ਕਰ ਸਕਦਾ ਹੈ ਕਿਸੇ ਵੀ ਕੰਪਨੀ ਦੇ ਬਾਰੇ ਵਿੱਚ ਜਿਹਦੀ ਉਹ ਦੀ ਸੁਣਵਾਈ ਨਹੀਂ ਕਰ ਰਹੀ ਤੇ ਉਹ ਕੰਪਨੀ ਚਾਹੇ ਉਹ ਪ੍ਰਾਈਵੇਟ ਖੇਤਰ ਚ ਹੋਏ ਜਾਂ ਪਬਲਿਕ ਸੈਕਟਰ ਚ ਹੋਏ ਸਾਰੀ ਕੰਪਨੀ ਸਾਡੇ ਦਾਰੇ ਚ ਸਾਡੇ ਜੂਰਿਸਡਿਕਸ਼ਨ ਚ ਆਂਦੀਆਂ ਤੇ ਉਹਨਾਂ ਦੀ ਕੰਪਲੇਂਟ ਜਿਹੜੀ ਅਨਰਿਜ਼ੋਲਡ ਗ੍ਰੀਵੈਂਸਿਸ ਹੈ ਉਹਨੂੰ ਐਸੀ ਲੋਕਪਾਲ ਜਿਹੜਾ ਹੈ ਉਹਨੂੰ ਐਡਰੈਸ ਕਰਦਾ ਹੈ ਜਰਤ ਸਰ ਤੁਸੀਂ ਕਿਹਾ ਕਿ ਅਨ ਰਿਜ਼ੋਲਵਡ ਕੰਪਲੇਂਟਸ ਗ੍ਰੀਵੈਂਸ ਜੀ ਕਿਸ ਕਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਕੰਪਲੇਂਟਸ ਤੁਹਾਡੇ ਕੋਲ ਆਉਂਦੀਆਂ ਨੇ ਜਨਰਲੀ ਸਰ ਜਿਹੜੀਆਂ ਸਾਡੇ ਕੋਲ ਕੰਪਲੇਂਟ ਆਉਂਦੀਆਂ ਐ ਜਿਹੜੀ ਸਾਡੀ ਜਿਹੜੀ ਸਕੀਮ ਹੈ ਓਮਬਡਸਮੈਨ ਦੀ ਸਕੀਮ ਹੈ ਉਹ ਅਲਾਉ ਕਰਦੀ ਹੈ ਕੁਝ ਹੀ ਪਾਲਿਸੀ ਹੈ ਜਿਨ੍ਹਾਂ ਦੇ ਬਾਰੇ ਲੋਕ ਕੰਪਲੇਂਟ ਕਰ ਸਕਦੇ ਐ ਜਿਸ ਤਰ੍ਹਾਂ ਪਰਸਨਲ ਆਪਣੀ ਪਰਸਨਲ ਇੰਸ਼ੋਰੈਂਸ ਹੈ ਭਈ ਮੋਟਰਸਾਈਕਲ ਦੀ ਤੁਹਾਡੀ ਗੱਡੀ ਗੱਡੀ ਦੀ ਇੰਸ਼ੋਰੈਂਸ ਹੈ ਪਰਸਨਲ ਆਪਣੀ ਪਰਸਨਲ ਐਕਸੀਡੈਂਟ ਇੰਸ਼ੋਰੈਂਸ ਕੀਤੀ ਹੋਈ ਹੈ ਮੈਡੀਕਲ ਕਲੇਮ ਕੀਤੀ ਹੋਈ ਹੈ ਤੇ ਇਹਦੇ ਬਾਰੇ ਉਹ ਕੰਪਲੇਂਟ ਕਰ ਸਕਦੇ ਆ ਇਹਦੇ ਇਲਾਵਾ ਜਿਹੜੇ ਸੋਲ ਪ੍ਰੋਪਰਾਈਟਰ ਹੈ ਜਿੱਥੇ ਬੀਮਾ ਜਿਹੜਾ ਓਨਰ ਹੈ بزਨਸ ਦਾ ਉਹਦਾ ਉਹ ਵੱਖਰਾ ਨਹੀਂ ਹੈ بزਨਸ ਐਂਟੀਟੀ ਤੋਂ ਵੱਖਰਾ ਨਹੀਂ ਹੈ ਔਰ ਉਹਦੀ ਇਨਕਮ ਵੀ ਜਿਹੜੀ ਐਸੈਸ ਹੁੰਦੀ ਹੈ ਐਸ ਐਨ ਇੰਡੀਵਿਜੂਅਲ ਐਸੈਸ ਹੁੰਦੀ ਹੈ ਉਸ ਤਰ੍ਹਾਂ ਦੇ ਸੋਲ ਪ੍ਰੋਪਰਾਈਟਰ ਜਿਹੜੇ ਆ ਉਹ ਸਾਡੇ ਕੋਲ ਅਪਰੋਚ ਕਰ ਸਕਦੇ ਆ ਅਗਰ ਉਹਨਾਂ ਦੀ ਕੋਈ ਗ੍ਰੀਵੈਂਸ ਹੋਏ ਜਾਂ ਜਿਹੜੇ ਮਾਈਕਰੋ ਐਂਟਰਪ੍ਰਾਈਜ਼ਸ ਹੈ ਉਹ ਮਾਈਕਰੋ ਐਂਟਰਪ੍ਰਾਈਜ਼ ਜਿਹੜੇ ਹੈ ਉਹਨਾਂ ਦੀ ਅਗਰ ਕੋਈ ਪਾਲਿਸੀ ਬਾਰੇ ਕੰਪਲੇਂਟ ਹੋਏ ਤੇ ਉਹ ਵੀ ਸਾਨੂੰ ਅਪਰੋਚ ਕਰ ਸਕਦੇ ਆ ਇਹਦੇ ਅਲਾਵਾ ਜਿਨ੍ਹਾਂ ਕੋਲ ਗਰੁੱਪ ਪਾਲਿਸੀ ਹੈਗੇ ਮਤਲਬ ਇੱਕ ਸਿੰਗਲ ਕੰਟਰੈਕਟ ਵਿੱਚ ਜਿਸ ਤਰ੍ਹਾਂ ਕਿ ਕਿਸੇ ਕੰਪਨੀ ਨੇ ਆਪਨੇ 50 ਆਦਮੀਆਂ ਦਾ ਬੀਮਾ ਕਰਾ ਦਿੱਤਾ ਹੈ ਮੈਡੀਕਲ ਇੰਸ਼ੋਰੈਂਸ ਕਰਾ ਦਿੱਤੀ ਹੈ ਲੇਕਿਨ ਉਹ ਇੰਡੀਵਿਜੂਅਲ ਸਾਡੇ ਕੋਲ ਅਪਰੋਚ ਕਰ ਸਕਦਾ ਹੈ ਆਲਥੋ ਉਹਨਾਂ ਦੀ ਜਿਹੜੀ ਪਾਲਿਸੀ ਹੈ ਉਹ ਗਰੁੱਪ ਪਾਲਿਸੀ ਹੈ ਤੇ ਇਹ ਜਿਹੜੀਆਂ 4-5 ਕਲਾਸੀਫਿਕੇਸ਼ਨ ਸਾਡੀ ਸਕੀਮ ਵਿੱਚ ਹੈ ਉਹ ਜਿਹੜੇ ਬੀਮਾਧਾਰਕ ਹੈ ਸਾਡੇ ਕੋਲ ਅਪਰੋਚ ਕਰ ਸਕਦੇ ਆ ਕੰਪਲੇਂਟ ਅਗਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਇੰਸ਼ੋਰੈਂਸ ਕੰਪਨੀ ਦੁਆਰਾ ਤੇ ਆਮ ਤੌਰ ਤੇ ਕਿਸ ਕਿਸ ਤਰ੍ਹਾਂ ਦੀਆਂ ਕੰਪਲੇਂਟਸ ਹੁੰਦੀਆਂ ਲੋਕਾਂ ਦੀ ਕਿ ਕੰਬੀ ਕਿਥੇ ਕਦੋਂ ਉਹਨਾਂ ਨੇ ਨਹੀਂ ਦਿੱਤੀ ਉਹਨਾਂ ਨੂੰ ਕੰਪਨਸੇਸ਼ਨ ਜਾਂ ਕੀ ਆਮ ਤੌਰ ਤੇ ਕੰਪਲੇਂਟ ਹੁੰਦੀਆਂ ਜਿਹੜੀਆਂ ਜਿਹੜੀਆਂ ਜਨਰਲੀ ਸਾਡੇ ਕੋਲ ਜਿਹੜੀਆਂ ਕੰਪਲੇਂਟਾਂ ਆਉਂਦੀਆਂ ਉਹ ਤੇ ਆਉਂਦੀਆਂ ਇਸ ਤਰ੍ਹਾਂ ਬੀਮਾ ਤੁਸੀਂ ਆਪਣਾ ਕਿਸੇ ਨੇ ਕਲੇਮ ਪਾਇਆ ਹੈ ਤੇ ਉਹ ਦਾਅਵੇ ਦਾ ਨਿਪਟਾਰਾ ਨਹੀਂ ਕਰਦੀ ਕੰਪਨੀ ਇਹ ਹੋ ਸਕਦਾ ਹੈ ਜਾਂ ਦਾਅਵੇ ਦਾ ਨਿਪਟਾਰਾ ਡਿਲੇ ਨਾਲ ਕਰਦੀ ਹੈ देयर इज ਅ ਡਿਲੇ ਇਨ ਦਾ ਸੈਟਲਮੈਂਟ ਉਹ ਉਹ ਇੱਕ ਪੁਆਇੰਟ ਹੈ ਜਿਹਦੇ ਕਾਰਨ ਉਹ ਹਮਬਡਸਮੈਨ ਨੂੰ ਅਪਰੋਚ ਕਰ ਸਕਦਾ ਹੈ ਕਿ ਵੀ ਮੇਰੇ ਨਾਲ ਗਲਤ ਹੋਇਆ। ਜਾਂ ਕਟੋਤੀ ਇਹ ਵਾਲੇ ਬੜੇ ਕੇਸ ਆ ਰਹੇ ਆ ਸਾਡੇ ਕਿ ਭਈ ਮੈਂ ਲੱਖ ਰੁਪਏ ਦਾ ਕਲੇਮ ਪਾਇਆ ਕਿਸੇ ਪਾਰਟੀ ਨੇ ਤੇ ਕੰਪਨੀ ਨੇ ਕੱਟ ਕਟਾ ਕੇ 20000 ਦਿੱਤਾ ਹੈ। ਅਡੌਕ ਔਰ ਬੜਾ ਆਰਬਿਟਰਰੀ ਤਰੀਕੇ ਨਾਲ ਡਿਡਕਸ਼ਨ ਜਿਹੜੀ ਕਲੇਮ ਦੀ ਹੈ ਉਹ ਸਾਰੇ ਮੈਟਰ ਵੀ ਸਾਡੇ ਕੋਲ ਆਉਂਦੇ ਆ। ਪਾਲਿਸੀ ਦੇ ਮੁੱਦੇ ਹੁੰਦੇ ਆ ਬੜੇ ਸਾਰੇ ਪਾਲਿਸੀ ਸਰਵਿਸਿੰਗ ਰਿਲੇਟਡ ਜਿਹੜੇ ਮੁੱਦੇ ਹੈ ਉਹ ਵੀ ਹਮਬਡਸਮੈਨ ਨੂੰ ਜਿਹੜਾ ਬੀਮਾਧਾਰਕ ਹੈ ਉਹ ਅਪਰੋਚ ਕਰ ਸਕਦਾ ਹੈ। ਜਿਸ ਤਰ੍ਹਾਂ ਕਦੇ ਮੈਂ ਪ੍ਰੀਮੀਅਮ ਜਮਾ ਕਰਾਇਆ ਹੈ ਇੰਸ਼ੋਰੈਂਸ ਕੰਪਨੀਆਂ ਚ ਬਟ ਉਹਨਾਂ ਨੇ ਪਾਲਸੀ ਇਸ਼ੂ ਨਹੀਂ ਕੀਤੀ ਤੇ ਪਾਲਸੀ ਸਰਵਿਸਿੰਗ ਰਿਲੇਟਡ ਇਸ਼ੂਸ ਵੀ 옴ਬਡਸਮੈਨ ਦੇ ਧਾਰੇ ਚਾਹੰਦੇ ਐ ਇਹਦੇ ਇਲਾਵਾ ਜਿਹੜੇ ਰੈਗੂਲੇਟਰੀ ਉਲੰਘਣ ਹੈ ਕਿ ਕੋਈ ਕੰਪਨੀ ਅਗਰ ਜਿਹੜਾ IRDA ਆਈ ਜਿਹੜਾ ਰੈਗੂਲੇਟਰ ਹੈ ਇੰਸ਼ੋਰੈਂਸ ਦਾ ਉਹਦੀ ਗਾਈਡਲਾਈਨ ਉਹਦੀ ਰੈਗੂਲੇਸ਼ਨ ਇਹਦਾ ਕੋਈ ਉਲੰਘਣ ਕਰਦਾ ਹੈ ਤੇ ਉਹ ਸਭ ਮੈਟਰ ਵੀ ਜਿਹੜੇ ਐ 옴ਬਡਸਮੈਨ ਦੇ ਧਾਰੇ ਚਾਹੰਦੇ ਐ ਤੇ ਉਹ ਇਸ ਤਰ੍ਹਾਂ ਦੀ ਕੰਪਲੇਂਟ ਜਿਹੜੀ ਐ ਇਸ ਤੇ ਰਿਲੇਟਡ ਕੰਪਲੇਂਟ ਜਿਹੜੀ ਐ ਉਹ ਸਾਡੇ ਕੋਲ ਆ ਜਾਂਦੀ ਜਨਰਲੀ ਅਗਰ ਅਸੀਂ ਦੇਖਿਆ ਜਾਏ ਨਾ ਸਰ ਤੇ ਸਾਡੇ ਕੋਲ ਜਿਆਦਾ ਕੰਪਲੇਂਟ ਜੀਵਨ ਬੀਮਾ ਸੈਕਟਰ ਦੀ ਜਿਆਦਾ ਕੰਪਲੇਂਟ ਹੈ ਜੀਵਨ ਬੀਮਾ ਦੀ ਜਿਆਦਾ ਸੈਕਟਰ ਦੀ ਕੰਪਲੇਂਟ ਹੈਗੀ ਤੇ ਅਦุล ਜੀ ਜੇ ਕਿਸੇ ਦੀ ਕੰਪਲੇਂਟ ਹੋਏ ਜਿਵੇਂ ਤੁਸੀਂ ਵੱਖ-ਵੱਖ ਕੰਪਲੀਟਾਂ ਦਸੀਆਂ ਤੇ ਉਹਨੂੰ ਕਿਵੇਂ ਅਪਰੋਚ ਕਰਨਾ ਹੈ ਤੁਹਾਨੂੰ ਕੀ ਤਰੀਕਾ ਹੈ ਕਿਹੜੇ ਕਾਗਜ਼ਾਤ ਉਹਨੂੰ ਲੋੜ ਹੈ ਇਹ ਸਾਰਾ ਵੀ ਦੱਸੋ ਸਾਡੇ ਸਰ ਅਗਰ ਬੀਮਾ ਲੋਕਪਾਲ ਵਿੱਚ ਕਿਸੇ ਨੇ ਆਪਣੀ ਕੰਪਲੇਂਟ ਰਜਿਸਟਰ ਕਰਾਨੀ ਹੈ ਤਾਂ ਦੋ ਤਰੀਕੇ ਹੈਗੇ ਇੱਕ ਤੇ ਫਿਜ਼ਿਕਲੀ ਉਹ ਆਪਣਾ ਫਿਜ਼ੀਕਲ ਰੂਟ ਹੈਗਾ ਉਹਦੇ ਵਿੱਚ ਕੀ ਹੈ ਕਿ ਤੁਹਾਨੂੰ ਆਪਣੀ ਕੰਪਲੇਂਟ ਦੀ ਇੱਕ ਸਮਰੀ बनानी ਹੈ ਜਿਹੜਾ ਪਾਲਿਸੀ ਡਾਕੂਮੈਂਟ ਦੇ ਅਗੇਂਸਟ ਤੁਸੀਂ ਕੰਪਲੇਂਟ ਕਰ ਰਹੇ ਹੋ ਉਹ ਡਾਕੂਮੈਂਟ ਲਗਾਉਣਾ ਹੈ ਤੇ ਕੰਪਨੀ ਨੇ ਜਿਹੜੀ ਤੁਹਾਡੀ ਕੰਪਲੇਂਟ ਜਾਂ ਤੁਹਾਡਾ ਕਲੇਮ ਰਿਜੈਕਸ਼ਨ ਦਾ ਲੈਟਰ ਦਿੱਤਾ ਹੈ ਤੁਹਾਨੂੰ ਉਹਦੀ ਕਾਪੀ ਲਗਾਨੀ ਹੈ ਔਰ ਇਹ ਵੀ ਬੜਾ ਜ਼ਰੂਰੀ ਹੈ ਕਿ ਤੁਸੀਂ ਰਿਜੈਕਸ਼ਨ ਦੇ ਬਾਅਦ ਕੰਪਨੀ ਨੂੰ ਰਿਪਰੈਜ਼ੈਂਟ ਕੀਤਾ ਹੈ ਕਿ ਦੇਖੋ ਜੀ ਤੁਸੀਂ ਮੇਰੇ ਨਾਲ ਗਲਤ ਕੀਤਾ ਹੈ ਤੁਸੀਂ ਇਹਨੂੰ ਦੁਬਾਰਾ ਆਪਣੇ ਮੈਟਰ ਨੂੰ ਰਿਵਿਊ ਕਰੋ ਉਹਦੇ ਤੇ ਅਗਰ ਕੰਪਨੀ ਜਵਾਬ ਦੇ ਜਾਂ ਨਹੀਂ ਦੇ ਬਟ ਉਹ ਲੈਟਰ ਜ਼ਰੂਰ ਲੱਗੇਗਾ ਤੇ ਕਾਇਦੇ ਨਾਲ ਇਹ ਚਾਰ ਲੈਟਰ ਜਿਹੜੇ ਐ ਇਹ ਸਾਰੇ ਲੈਟਰ ਲਗਾ ਕੇ ਤੁਸੀਂ ਆਪਣੀ ਫਿਜ਼ੀਕਲ ਕੰਪਲੇਂਟ ਦੇ ਸਕਦੇ ਹੋ ਦ ਕਨਸਰਨਡ ਹੋਮ ਬੋਰਡਸਮੈਨ ਨੂੰ ਜਿਹਦੇ ਜੂਰਿਸਡਿਕਸ਼ਨ ਚ ਤੁਸੀਂ ਆ ਰਹੇ ਹੋ ਦੂਸਰਾ ਤਰੀਕਾ ਹੈ ਕਿ ਇਹਦੇ ਚ ਆਨਲਾਈਨ ਦਾ ਵੀ ਪ੍ਰਬਧਾਨ ਹੈ ਸਾਡੀ ਕਾਉਂਸਲ ਆਫ ਇੰਸ਼ੋਰੈਂਸ ਜਿਹੜਾ ਸਾਡੀ ਕੰਟਰੋਲਿੰਗ ਬਾਡੀ ਹੈ ਉਹਨੇ ਇੱਕ ਵੈਬਸਾਈਟ ਬਣਾਈ ਹੋਈ ਹੈ ਤੁਸੀਂ ਉੱਤੇ ਜਾ ਕੇ ਆਨਲਾਈਨ ਵੀ ਕੰਪਲੇਂਟ ਲੌਂਜ ਕਰ ਸਕਦੇ ਹੋ ਉਹਦੇ ਵਿੱਚ ਸਿੰਪਲ ਤੁਸੀਂ ਇੱਕ ਐਡੀਸ਼ਨਲ ਜਿਹੜਾ ਡਾਕੂਮੈਂਟ ਲੱਗੇਗਾ ਇੱਕ ਤਾਂ ਤੁਹਾਡੀ ਫੋਟੋਗ੍ਰਾਫ ਲੱਗੇਗੀ ਤੇ ਇੱਕ ਕੇवाईसी ਦਾ ਇੱਕ ਡਾਕੂਮੈਂਟ ਲੱਗੇਗਾ ਜਸਟ ਟੂ ਇਨਸ਼ੋਰ ਕਿ ਭਈ ਤੁਸੀਂ ਜਿਹੜਾ ਆਦਮੀ ਕੰਪਲੇਂਟ ਕਰ ਰਿਹਾ ਹੈ ਉਹ ਐਕਚੁਅਲੀ ਉਹ ਹੀ ਹੈ ਤੇ ਇਹ ਤਾਂ ਤੁਸੀਂ ਦੱਸਦਾ ਕਿ ਕੰਪਲੇਂਟ ਹੋਏਗੀ ਪਰ ਇੱਕ ਆਮ ਆਦਮੀ ਨੂੰ ਜਿਹਦੇ ਕੋਲ ਸਪੋਜ਼ ਲਾਈਫ ਇੰਸ਼ੋਰੈਂਸ ਹੈ ਕਿ ਜੇ ਦੀ ਡੈਥ ਹੋ ਜਾਂਦੀ ਹੈ ਪੈਸਾ ਨੂੰ ਨਹੀਂ ਮਿਲਦਾ ਉਹਦੇ ਘਰਦਿਆਂ ਨੂੰ ਉਹਨੂੰ ਕਿਵੇਂ ਪਤਾ ਚੱਲੇਗਾ ਕਿ ਉਹਨੇ ਤੁਹਾਨੂੰ ਅਪਰੋਚ ਕਰਨਾ ਹੈ ਕੋਈ ਮਦਦ ਉਹਨੂੰ ਮਿਲ ਸਕਦੀ ਹੈ ਕਿਵੇਂ ਉਹਨੂੰ ਸਾਰਾ ਜਾਣਕਾਰੀ ਮਿਲੇਗੀ ਉਹ ਤਰੀਕਾ ਉਹਦੇ ਵਿੱਚ ਉਹੀ ਹੈ ਲੇਕਿਨ ਉਸ ਕੇਸ ਵਿੱਚ ਅਗਰ ਕਿਸੇ ਆਦਮੀ ਦੇ ਕਿਸੇ ਹਾਦਸੇ 'ਚ ਡੈਥ ਹੋ ਗਈਏ ਤਾਂ ਉਸ ਕੇਸ ਵਿੱਚ ਉਹਦਾ ਨਾਮਿਨੀ ਕੇਸ ਫਾਈਲ ਕਰ ਸਕਦਾ ਹੈ ਓਮਬਡਸਮੈਨ ਵਿੱਚ ਐਸੀ ਰਜਿਸਟਰ ਕਰਦੇ ਆ ਜਾਂ ਅਸਾਈਨੀ ਆਫ ਦਾ ਪਾਲਿਸੀ ਕਰ ਸਕਦਾ ਹੈ ਜਾਂ ਉਹਦਾ ਕੋਈ ਲੀਗਲ 에ਅਰ ਹੋਏ ਤੇ ਉਹ ਸਾਨੂੰ ਅਪਰੋਚ ਕਰ ਸਕਦਾ ਹੈ ਆਲਰੇਡੀ ਸਾਡੀ ਵੈਬਸਾਈਟ ਹੈ ਵੈਬਸਾਈਟ ਦੇ ਉੱਤੇ ਐਦੇ ਰਿਲੇਟਿਡ ਜਿੰਨੇ ਐਫ ਐਕਿਊਜ਼ ਹੈ ਬੜੇ ਵੈਲ ਵੈਲ ਡਿਫਾਈਨਡ ਹੈਗੇ ਅਗਰ ਕੋਈ ਬੀਮਾ ਧਾਰਕ ਨੂੰ ਕਿਸੇ ਤਰੀਕੇ ਦੀ ਕੰਪਲੇਂਟ ਹੈ ਕਿਸੇ ਤਰੀਕੇ ਦੀ ਕੋਈ ਗਰੀਵੈਂਸ ਉਹਦਾ ਰਿਜ਼ੋਲਵ ਨਹੀਂ ਹੁੰਦਾ ਹੈ ਤੇ ਉਹ ਵੈਬਸਾਈਟ ਤੇ ਜਾ ਕੇ ਵੀ ਇਨਫੋਰਮੇਸ਼ਨ ਲੈ ਸਕਦਾ ਹੈ ਐਸੀ ਇੱਕ ਸਲਾਈਡ ਵੀ ਬਣਾਈ ਹੈ ਜਿਹਦੇ ਵਿੱਚ ਵੈਬਸਾਈਟ ਦਾ ਐਸੀ ਐਡਰੈਸ ਦੱਸਿਆ ਹੈ ਤੇ ਜੈਰਤ ਸਾਹਿਬ ਤੁਸੀਂ ਹੁਣ ਇਸ ਵੈਬਸਾਈਟ ਬਾਰੇ ਹੀ ਸਾਨੂੰ ਦੱਸ ਦਿਓ ਵੀ ਕਿਵੇਂ ਵੈਬਸਾਈਟ ਤੇ ਜਾਣਾ ਹੈ ਕਿਹੜੀ ਤੁਹਾਡੀ ਵੈਬਸਾਈਟ ਹੈ ਤੇ ਕਿਵੇਂ ਆਪਣੀ ਕੰਪਲੇਂਟ ਉਸ ਤੇ ਦਰਜ ਕਰਨੀ ਹਾਂਜੀ ਉਹ ਬੜਾ ਸਿੰਪਲ ਹੀ ਪ੍ਰੋਸੀਜਰ ਹੈ ਅਗਰ ਵੈਬਸਾਈਟ ਤੇ ਜਾਓਗੇ ਉਹਦੇ ਵਿੱਚ ਫੋਰ ਰਜਿਸਟਰਿੰਗ ਆਨਲਾਈਨ ਕੰਪਲੇਂਟ ਇੱਕ ਪੌਪ ਅਪ ਆਉਂਦਾ ਹੈ उन्होंने क्लिक करना है बहुत ही सिंपल प्रोसीजर है अजक डिजिटल दे नो डिजिटल इन्नी डिवेलपमेंट हो गई है डिजिटल फील्ड च बहुत ही सिंपल तरीका है यह बहुत ही ईजी टू तो एक्सैस वैबसाइट हैगी उ लिखे आया रजिस्टर माई कंप्लेट जिस तरह तुम क्लिक करोगे रजिस्टर माई कंप्लेट वो थोड़ी डिटेल बेसिक डिटेल पुछेगा पॉलिसी की डिटेल पुछेगा अपलोड करा वास्ते कि है चार डॉक्यूमेंट अपलोड करने जो मैं हूने दो मिनट पहले दसे ਉਹ ਕਰੇਗਾ ਤੇ ਉਹਦੇ ਨਾਲ ਹੀ ਕੰਪਲੇਂਟ ਜਿਹੜੀ ਹੈ ਆਟੋਮੈਟਿਕਲੀ ਉਹਨੂੰ ਨੰਬਰ ਅਲੋਟ ਹੋ ਜਾਂਦਾ ਹੈ ਔਰ ਕਨਸਰਨਡ ਜਿਹੜਾ ਓਮਬਡਸਮੈਨ ਹੈ ਉਹਦੇ ਕੋਲ ਪਹੁੰਚ ਜਾਂਦੀ ਹੈ ਕੰਪਲੇਂਟ ਅਤੁਲ ਜੀ ਹੁਣ ਸਾਨੂੰ ਵੈਬਸਾਈਟ ਦਾ ਟਾਈਟਲ ਵੀ ਦੱਸ ਦਿਓ ਤਾਂ ਕਿ ਉਸ ਵੈਬਸਾਈਟ ਤੇ ਪਹੁੰਚੀਏ ਤਾਂ ਹੀ ਕੰਪਲੇਂਟ ਦਰਜ ਹੋਏ ਹਾਂਜੀ ਹਾਂਜੀ ਉਹ ਵੈਬਸਾਈਟ ਦਾ ਟਾਈਟਲ ਹੈ ਜੀ www.cio ins.co.in ਬਸ ਇੱਕ ਛੋਟੀ ਜਿਹੀ ਸਲਾਈਡ ਵੀ ਬਣਾਈਏ ਅਗਰ ਇਨ ਕੇਸ ਹੋਵੇ ਐਸੀ ਦਿਖਾ ਸਕੀਏ ਆਪਣੇ ਈਵਰਸ ਨੂੰ ਤੇ ਉਹਨਾਂ ਨੂੰ ਲੱਗਦਾ ਉਹ ਜ਼ਿਆਦਾ ਠੀਕ ਰਹੇ ਅਸੀਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਸਲਾਈਡ ਦਿਖਾ ਰਹੇ ਹਾਂ ਤੇ ਐਡਰੈਸ ਦੱਸ ਰਹੇ ਉਹਨਾਂ ਨੂੰ ਵੈਬਸਾਈਟ ਦਾ ਪਰ ਮੈਂ ਵੀ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ www.cioins.co.in ਇਸ ਸਾਈਟ ਤੇ ਜਾ ਕੇ ਅਗਰ ਉਹਨਾਂ ਦੀ ਕੋਈ ਵੀ ਕੰਪਲੇਂਟ ਹੈ ਕੋਈ ਵੀ ਸ਼ਿਕਾਇਤ ਹੈ ਤੇ ਉਸ ਪਾਲਿਸੀ ਦਾ ਨੰਬਰ ਤੇ ਬਾਕੀ ਜਿਹੜੇ ਇਨਪੁਟਸ ਪਾ ਕੇ ਉਹ ਕੰਪਲੇਂਟ ਦਰਜ ਕਰਦੇ ਜੀ ਬਹੁਤ ਹੀ ਸੌਖਾ ਤਰੀਕਾ ਹੈ ਜੀ ਬਹੁਤ ਹੀ ਸੌਖਾ ਤਰੀਕਾ ਹੈ ਅਤਲ ਜੀ ਇੱਕ ਵਾਰੀ ਕੰਪਲੇਂਟ ਦਰਜ ਹੋ ਗਈ ਉਸ ਤੋਂ ਬਾਅਦ ਤੁਸੀਂ ਕਿਵੇਂ ਪ੍ਰੋਸੀਡ ਕਰਦੇ ਹੋ ਉਸ ਤੇ ਜਿਸ ਤਰ੍ਹਾਂ ਸਾਡੇ ਕੋਲ ਕੰਪਲੇਂਟ ਆ ਜਾਂਦੀ ਹੈ ਸਰ ਅਸੀਂ ਉਹਨੂੰ ਐਨਲਾਈਜ਼ ਕਰਦੇ ਹਾਂ ਅਗਰ ਡਾਕੂਪ ਇਹਦੇ ਵਿੱਚ ਬੇਸਿਕਲੀ ਰਿਜੈਕਸ਼ਨ ਦੇ ਚਾਂਸਸ ਘੱਟ ਹੀ ਹੁੰਦੇ ਆ ਸਾਡੇ ਵੱਲੋਂ ਅਸੀਂ ਰਜਿਸਟਰ ਹੀ ਕਰਦੇ ਹਾਂ ਕੰਪਲੇਂਟ ਐਚ ਆਰ ਡਾਕੂਮੈਂਟ ਲੱਗੇ ਹੋਣੇ ਚਾਹੀਦੇ ਉਸ ਤੋਂ ਬਾਅਦ ਅਸੀਂ ਕੰਪਨੀ ਨੂੰ ਰੀਚ ਆਊਟ ਕਰਦੇ ਹਾਂ ਇੰਸ਼ੋਰੈਂਸ ਕੰਪਨੀ ਨੂੰ ਦੋ ਤਰੀਕੇ ਹੈ ਜੀ ਜਿਹੜਾ ਓਮਬਡਸਮੈਨ ਜਿਸ ਤਰ੍ਹਾਂ ਫੈਸਲੇ ਕਰਦਾ ਹੈ ਸਾਡੇ ਦੋ ਤਰੀਕੇ ਹੈ ਇੱਕ ਐਸੀ ਕਰਦੇ ਆ ਮੀਡੀਏਸ਼ਨ ਰਾਹੀਂ ਕਿ ਜਿਹਨੂੰ ਕੰਸਿਲੇਸ਼ਨ ਕਹਿੰਦੇ ਆ ਔਰ ਦੂਸਰਾ ਹੁੰਦਾ ਹੈ ਅਵਾਰਡ ਪਾਸ ਕਰਨਾ ਜਿਸ ਤਰ੍ਹਾਂ ਇਹ ਸਾਡੇ ਕੋਲ ਕੰਪਲੇਂਟ ਆਂਦੀ ਹੈ ਐਸੀ ਇੰਸ਼ੋਰੈਂਸ ਕੰਪਨੀ ਜੋ ਵੀ XYZ ਜੋ ਵੀ ਇੰਸ਼ੋਰੈਂਸ ਕੰਪਨੀ ਹੈ ਉਹਨਾਂ ਨੂੰ ਐਗਜ਼ਾਮਿਨ ਕਰਨ ਤੋਂ ਬਾਅਦ ਐਸੀ ਉਹਨਾਂ ਨੂੰ ਅਪਰੋਚ ਕਰੀਦਾ ਹੈ ਕਿ ਇਹ ਕੰਪਲੇਂਟ ਤੁਹਾਡੇ ਅਗੇਂਸਟ ਆਈ ਹੈ ਸਾਡੇ ਹਿਸਾਬ ਨਾਲ ਇਹ ਜਿਹੜੇ ਹੈ ਇਹ ਡਿਸੀਜਨ ਜਿਹੜਾ ਤੁਸੀਂ ਲਿੱਤਾ ਹੈ ਇਹ ਰਿਵਿਊ ਮੰਗਦਾ ਹੈ ਔਰ ਇਹ ਗਲਤ ਡਿਸੀਜਨ ਹੈ ਅਪੇਰੈਂਟਲੀ ਕੰਪਨੀ ਉਹਨੂੰ ਇਗਜ਼ਾਮਿਨ ਕਰ ਦਈਏ ਇਨ 60% ਆਫ ਦਾ ਕੇਸਸ ਜਿੱਤਾਂ ਕਹੇ ਸੀ ਚੰਡੀਗੜ੍ਹ ਦੀ ਗੱਲ ਕਰਦੇ ਆ ਕੰਪਨੀ ਐਗਰੀ ਕਰ ਜਾਂਦੀ ਹੈ ਕਿ ਹਾਂ ਜੀ ਗਲਤੀ ਹੋਈ ਸਾਡੇ ਕੋਲ ਐਸੀ ਪੈਸਾ ਨਾ ਕੰਪਨੀ ਦਾ ਵਾਪਸ ਕਰਾਂਗੇ ਤੋ ਉਸ ਕੇਸ ਵਿੱਚ 30 ਦਿਨ ਦੇ ਅੰਦਰ ਮੀਡੀਏਸ਼ਨ ਰੂਟ ਵਿੱਚ ਟਾਈਮ ਲਿਮਿਟ ਸਪੈਸੀਫਾਈਡ ਹੈ ਸਾਡੀ ਸਕੀਮ ਦੇ ਅੰਦਰ ਤੋ ਉਹ ਪੈਸਾ ਜਿਹੜਾ ਹੈ ਕੰਪਲੇਨੈਂਟ ਨੂੰ ਵਾਪਸ ਚਲੇ ਜਾਂਦਾ ਹੈ ਐਸੀ ਅਵਾਰਡ ਪਾਸ ਕਰਦੇ ਆਂ ਔਰ 30 ਦਿਨ ਦੇ ਅੰਦਰ ਹੋ ਜਾਂਦਾ ਹੈ ਦੂਸਰਾ ਜਿਹੜਾ ਹੈ ਇਹਦਾ ਇਨਸਟੈਂਸ ਉਹ ਹੁੰਦਾ ਹੈ ਜਿੱਥੇ ਕੰਪਨੀ ਕੰਟੈਂਸਟ ਕਰਦੀ ਹੈ ਕੰਪਨੀ ਕਹਿੰਦੀ ਨਹੀਂ ਨਹੀਂ ਜੀ ਐਸੀ ਤੁਹਾਡੇ ਤੇ ਅਸੀਂ ਇਹਨੂੰ ਕੇਸ ਨੂੰ ਕੰਟੈਸਟ ਕਰਦੇ ਆ ਉਸ ਕੇਸ ਵਿੱਚ ਅਸੀਂ ਹੀアリング ਲਗਾਣੇ ਆ ਹੀアリング ਵਿੱਚ ਦੋਨੋਂ ਪਾਰਟੀਆਂ ਨੂੰ ਸੁਣਨੇ ਆ ਔਰ ਜੋ ਉਹਨਾਂ ਦੇ ਕੋਈ ਐਡੀਸ਼ਨਲ ਡਾਕੂਮੈਂਟ ਹੋਏ ਉਹਨਾਂ ਨੂੰ ਅਸੀਂ ਆਨ ਰਿਕਾਰਡ ਲੈਣੇ ਆ ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਇਵੈਲਿਊਏਟ ਕਰਦੇ ਆ ਕਿ ਕਿਹਦਾ ਜਿਹੜਾ ਕਰੈਕਟ ਡਿਸੀਜਨ ਇਹਦੇ ਵਿੱਚ ਕੀ ਹੈ ਔਰ ਉਹਦੇ ਹਿਸਾਬ ਨਾਲ ਫਿਰ ਅਸੀਂ ਫਾਈਨਲੀ ਇਹਦਾ ਡਿਸੀਜਨ ਦਿੰਨੇ ਆ ਉਹ ਅਵਾਰਡ ਵਿੱਚ ਅਵਾਰਡ ਦੇ ਨਾਮ ਤੋਂ ਹੁੰਦਾ ਹੈ ਤੇ ਉਹ ਅਵਾਰਡ ਦੇ ਵਾਸਤੇ ਜਿਹੜੀ ਮੈਕਸਿਮਮ ਟਾਈਮ ਲਿਮਿਟ ਸਾਨੂੰ ਦਿੱਤੀ ਗਈ ਹੈ ਸਾਡੀ ਸਕੀਮ ਹਲੇ ਉਹ 90 ਦਿਨਾਂ لیکن میں نا ائی ایم ویری ہیپی ٹو شیئر ود یو کہ ایز فار اس چنڈیگڑھ اس کنسرن چنڈیگڑھ ایسی جڑی ہے ਸਾਡੀ دونوں ٹائپ دی کمپلینٹ کمپلینٹ جڑی ہے اسی 30 دن دے اندر ریزالو کر رہے تے او مطلب اے ہوئے کہ پینڈنسی کافی کاٹے اور 90 دن دا سمے اسی الڈو سਾਨੂੰ پرووائیڈ کیتا گیا ہے ساڈی سکیم ہلے بٹ اسی 30 دن دے اندر اندر ای والے فیصلے بھی سمانے ہیں جتھے کنٹیسٹ کر دی ہے کمپنی اے دا مطلب کہ کچھ جڑے ماپدند نے ਉਨ੍ਹਾਂ ਵਿੱਚ ਕੁਝ ਕਮੀ ਹੈ ਤਾਂ ਕਿ ਕੰਪਨੀ ਨੂੰ ਕੰਟੈਸਟ ਕਰਨਾ ਪੈਂਦਾ ਹੈ ਅਗਰ ਬੜੇ ਕਲੀਅਰ ਹੋਵੇ ਤਾਂ ਇਹ ਸ਼ਿਕਾਇਤਾਂ ਹੀ ਨਾ ਹੋਣ ਇਹ ਗੱਲ ਮੈਂ ਐਕਚੁਅਲੀ ਕੀ ਹੈ ਕਿ ਜੀ ਇਹਦੇ ਚ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕੰਪਲੇਨੈਂਟ ਵੀ ਪੂਰੇ ਕਾਗਜ਼ ਨਹੀਂ ਪੜਦਾ ਹੈ ਪੂਰੀ ਪਾਲਿਸੀ ਕੰਡੀਸ਼ਨਾਂ ਵੀ ਨਹੀਂ ਪੜਦਾ ਹੈ ਪਾਲਸੀਆਂ ਉਹਨਾਂ ਨੂੰ ਮਿਲਦੀਆਂ ਹਨ ਉਹ ਮੰਡਟਰੀ ਹੋਣਾ ਉਸਤੇ ਕਿ ਵੀ ਪਾਲਿਸੀ ਪੜੇ ਲੇਕਿਨ ਉਹ ਕਹਿੰਦੇ ਜੀ ਇੰਨਾ ਵੱਡਾ ਡਾਕੂਮੈਂਟ ਹੈ ਮੈਂ ਪੜਿਆ ਨਹੀਂ ਏਜੰਟ ਨੇ ਮੈਨੂੰ ਦੱਸਿਆ ਨਹੀਂ ਤੇ ਉਹ ਉਹ ਜਿਹੜੀਆਂ ਫਾਈਨਰ ਕੰਡੀਸ਼ਨਸ ਹੁੰਦੀਆਂ ਜਾਂ স্মਲ ਪ੍ਰਿੰਟ ਹੁੰਦਾ ਹੈ ਉਹਦਾ ਕੰਪਨੀ ਜਿਹੜਾ ਹੈ ਕਦੀ ਕਦੀ ਦੇ ਟ੍ਰਾਈ ਟੂ ਟੇਕ ਐਡਵਾਂਟੇਜ ਲੇਕਿਨ ਉਹ ਇਵੈਂਚੁਅਲੀ ਜਦੋਂ ਹਿアリング ਦੇ ਅੰਦਰ ਅਗਰ ਉਹਨਾਂ ਨਾਲ ਡਿਸਕਸ ਕੀਤਾ ਜਾਂਦਾ ਹੈ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਵੀ ਇਹ ਨਾਰਮਲ ਲੇਮਨ ਜਿਹੜਾ ਹੈ ਜਿਹਦਾ ਲਿਟਰੇਸੀ ਲੈਵਲ ਬੜਾ ਕਾਟੇਗਾ ਜਿਹਨਾਂ ਇਹਨਾਂ ਅਵੇਅਰ ਨਹੀਂ ਐਂਸ਼ੋਰੈਂਸ ਬਾਰੇ ਉਹ ਤਾਂ ਹੋ ਸਕਦਾ ਹੈ ਕਿ ਐਸ ਪਾਰਟिकुलर ਔਰ ਏਜੰਟ ਨੇ ਇਹ ਵਾਲੀ ਚੀਜ਼ ਨਹੀਂ ਦੱਸੀ ਜਦੋਂ ਪਾਲਸੀ ਵੇਚੀ ਹੈ ਤੇ ਉਸ ਕੇਸ ਵਿੱਚ ਕੰਪਨੀ ਜਨਰਲੀ ਮੰਨ ਜਾਂਦੀ ਔਰ ਅਗਰ ਨਹੀਂ ਮੰਦੀ ਤੇ ਐਸੀ ਫਿਰ ਹੁੰਦਾ ਇੱਕ ਰੀਜ਼ਨਡ ਆਰਡਰ ਮਨਾਨੇ ਉਹਦੇ ਬਾਅਦ ਅਸੀਂ ਅਵਾਰਡ ਪਾਸ ਕਰਦੇ ਆਂ ਤੇ ਅਵਾਰਡ ਪਾਸ ਹੋਣ ਤੋਂ ਬਾਅਦ ਕੰਪਨੀ ਨੂੰ ਕਿੰਨੀ ਦੇਰ ਵਿੱਚ ਉਹ ਫੈਸਲੇ ਨੂੰ ਕਰਨਾ ਪੈਂਦਾ ਹੈਗਾ ਇੰਪਲੀਮੈਂਟ ਕੰਪਨੀ ਨੂੰ ਜੀ 30 ਦਿਨ ਦਾ ਟਾਈਮ ਲਿਮਿਟ ਹੈ ਇਹਦੇ ਚ ਤੇ ਕੰਪਨੀ 30 ਦਿਨ ਦੇ ਅੰਦਰ ਆਪਣਾ ਜੀਡੀਬੀ ਪੇਮੈਂਟ ਅਸੀਂ ਅਵਾਰਡ ਕਰਦੇ ਆ ਉਹਨੂੰ ਸੈਟਲ ਕਰਦੇ ਆ ਔਰ ਸਾਨੂੰ ਕੰਪਲਾਈਂਸ ਰਿਪੋਰਟ ਭੇਜਦੇ ਆ ਸਾਡੇ ਸਿਸਟਮ ਹੈ ਇੱਕ ਸੀਐਮਐਸ ਕਰਕੇ ਸਿਸਟਮ ਹੈਗਾ ਸਾਡਾ ਆਨਲਾਈਨ ਉਹਦੇ ਵਿੱਚ ਆਪ ਅਪਡੇਟ ਕਰ ਦੇ ਆ ਉਹਨੂੰ ਸਾਨੂੰ ਵੀ ਲੱਗਦਾ ਹੈ ਕਿ ਹਾਂ ਵੀ ਇਹ ਪੇਮੈਂਟ ਹੋ ਗਈ ਹੈ ਤੇ ਇਹਦੇ ਵਿੱਚ ਜਿਹੜਾ ਹੈ ਕੋਈ ਪ੍ਰਵਧਾਨ ਕੋਈ ਅਪੀਲ ਪੂਲ ਦਾ ਪ੍ਰਵਧਾਨ ਜਿਹੜਾ ਹੈ ਸਿਰਫ ਕੰਪਲੇਨੈਂਟ ਵਾਸਤੇ ਹੈ ਅਗਰ ਤੁਸੀਂ ਐਜ਼ ਅ ਕੰਪਲੇਨੈਂਟ ਤੁਹਾਨੂੰ ਲੱਗਦਾ ਹੈ ਕਿ ਜੀ ਮੈਂ ਮੇਰਾ ਓਮਬਡਸਮੈਨ ਨੇ ਮੇਰਾ ਆਰਡਰ ਜਿਹੜਾ ਹੈ ਠੀਕ ਨਹੀਂ ਦਿੱਤਾ ਤੇ ਤੁਸੀਂ ਅਪੀਲ ਕਰ ਸਕਦੇ ਹੋ ਇੰਸ਼ੋਰੈਂਸ ਕੰਪਨੀ ਵਾਸਤੇ ਇਹ ਅਵਾਰਡ ਜਿਹੜਾ ਹੈ ਫਾਈਨਲ ਹੀ ਹੈ ਜਨਰਲੀ ਜਿਹੜੀਆਂ ਕੰਪਨੀਆਂ ਕੰਪਲੇਂਟ ਨਹੀਂ ਕਰਦੀਆਂ ਇੱਕਾ ਦੁੱਕਾ ਕੇਸ ਵਿੱਚ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਬਈ ਉਹ ਹਾਈ ਕੋਰਟ ਜਾਂਦੀਆਂ ਹੈ ਜਾਂ ਕੋਈ ਚੈਲੰਜ ਕਰਦੀਆਂ ਕਿਸੇ ਅਵਾਰਡ ਨੂੰ ਪਰ ਜਨਰਲੀ ਨਹੀਂ ਕਰਦੀਆਂ ਤੇ ਅਤੁਲ ਜੀ ਇਹ ਵੀ ਦੱਸੋ ਕਿ ਇਸ ਕੰਪਲੇਂਟ ਲਈ ਕੀ ਖਾਸ ਵਕੀਲ ਦੀ ਜ਼ਰੂਰਤ ਹੈ ਕਿ ਇੱਕ ਆਮ ਬੰਦਾ ਜਿਹਨੂੰ ਵਕਾਲਤ ਦਾ ਨਹੀਂ ਵੀ ਪਤਾ ਕਲੋਜ਼ਸ ਨਹੀਂ ਵੀ ਪਤਾ ਉਹ ਵੀ ਕੰਪਲੇਂਟ ਕਰ ਸਕਦਾ ਹੈ ਤੇ ਉਹਨੂੰ ਫਾਲੋ ਅਪ ਵੀ ਕਰ ਸਕਦਾ ਨਹੀਂ ਸਰ ਇਹਦੇ ਐਸੇ ਬੀਮਾ ਲੋਕਪਾਲ ਦੇ ਸਕੀਮ ਦੇ ਅੰਦਰ ਕੋਈ ਵੀ ਐਡਵੋਕੇਟ ਅਲਾਉਟ ਨਹੀਂ कोई भी थर्ड पार्टी भी अलाउड नहीं है कंसल्टेंट अजक बड़े मशरूम कर रहे हैं जोड़े पार्टियां है फिर बरगला के कि हाँ जी तुम्हें अगर ए समाधान करा देंगे ऐसी कंपनी वलो ओमबर्ट्समैन वा, वालों तो इस तरीके से बहुत प्रैक्टिस चल रही है लेकिन असि बड़े शोर हा किसी एडवोकेट नलाउ करते हैं ना किसी थर्ड पार्ट अलाउ करते हैं ना किसी कंसल्टेंट न करते हैं कंपलेनेंट अपने आप जिस तरह ही जिस तरह एक्सप्लेन कर सके अपनी सिंपल भाषा चाह स आके अपना केस दसता है ਕਈ ਕੇਸਿਸ ਵਿੱਚ ਐਸੇ ਵੀ ਹੁੰਦਾ ਹੈ ਕਿ ਵੀ ਬਿਲਕੁਲ ਹੀ ਉਹਨਾਂ ਦੀ ਬਿਲਕੁਲ ਸਮਝ ਨਹੀਂ ਹੈ ਉਹ ਗੱਲ ਵੀ ਨਹੀਂ ਕਰ ਸਕਦਾ ਜਾਂ ਉਹਨਾਂ ਨਾਲ ਐਸਾ ਹਾਦਸਾ ਹੋਇਆ ਹੈ ਕਿ ਉਹ ਐਸੀ ਸਿਚੁਏਸ਼ਨ ਵਿੱਚ ਨਹੀਂ ਐਕਸਪਲੇਨ ਕਰਨ ਚ ਤੇ ਉਸ ਕੇਸ ਵਿੱਚ ਸਾਨੂੰ ਇਹ ਡਿਸਕ੍ਰਿਪਸ਼ਨ ਹੁੰਦਾ ਹੈ ਕਿ ਉਹਦੇ ਬੇਟਾ ਬੇਟੀ ক্লোਜ਼ ਰਿਲੇਟਿਵਸ ਹੈ ਤੇ ਐਸੀ ਅਲਾਉ ਕਰਦੇ ਹਨ ਉਹਨਾਂ ਨੂੰ ਕਿ ਤੁਸੀਂ ਆਪਣੇ ਮਾਪਿਓ ਦਾ ਜਿਹੜਾ ਕੇਸ ਹੈ ਸਾਡੇ ਸਾਹਮਣੇ ਪ੍ਰੈਜ਼ੈਂਟ ਕਰੋ ਬਾਕੀ ਅਦਰਵਾਈਜ਼ ਥਰਡ ਪਾਰਟੀ ਐਡਵੋਕੇਟ ਇਸ ਸਟ੍ਰਿਕਲੀ ਨੋ ਨੋ ਤਾਂ ਹੋ ਗਿਆ ਇੱਕ ਆਮ ਕੰਪਲੇਨੈਂਟ ਲਈ ਤਾਂ ਤੁਸੀਂ ਮੰਨਾਂ ਕਰਤਾ ਵੀ ਐਡਵੋਕੇਟ ਨਹੀਂ ਹੋ ਸਕਦਾ ਪਰ ਜਿਹੜੀ ਕੰਪਨੀ ਹੈ ਹਾਂਜੀ ਉਹਨਾਂ ਦੇ ਤਾਂ ਸਟਾਫ ਤੇ ਰੈਗੂਲਰ ਉਹਨਾਂ ਦੇ ਐਡਵਾਈਜ਼ਰਸ ਐਡਵੋਕੇਟਸ ਹੁੰਦੇ ਨੇ ਹਾਂਜੀ ਤੇ ਉਸ ਪੱਖੋਂ ਇਹਦਾ ਮਤਲਬ ਕਿ ਜਿਹੜੀ ਕੰਪਨੀ ਹੈ ਉਹਦੇ ਕੋਲ ਜ਼ਿਆਦਾ ਸਟਰੈਂਥ ਹੈ ਆਪਣਾ ਕੇਸ ਲੜਨ ਲਈ ਤੇ ਇੱਕ ਆਮ ਜਿਹੜਾ ਕੰਪਲੇਨੈਂਟ ਹੈ ਉਹਨੂੰ ਤਾਂ ਕੋਈ ਲੀਗਲ ਹੈਲਪ ਨਹੀਂ ਹੈ ਉਹਨੂੰ ਪਤਾ ਨਹੀਂ ਹੈ ਤੇ ਉਹ ਕੰਟੈਸਟ ਵਨ ਸਾਈਡਿਡ ਨਹੀਂ ਹੋ ਜਾਂਦਾ ਨਹੀਂ ਜੀ ਵਨ ਸਾਈਡਿਡ ਨਹੀਂ ਹੈ ਸਾਡੀ ਜਿਹੜਾ ਓਮਬਡਸਮੈਨ ਹੈ ਇੱਕ ਕਾਜ਼ੀ ਜੁਡੀਸ਼ੀਅਲ ਅਥਾਰਟੀ ਹੈ ਕਾਜ਼ੀ ਜੁਡੀਸ਼ੀਅਲ ਅਥਾਰਟੀ ਵਿੱਚ ਜਜ ਵੀ ਅਸੀਂ ਤੇ ਵਕੀਲ ਵੀ ਅਸੀਂ ਅਸੀਂ ਜਿਹੜੇ ਕੁਐਸਚਨਿੰਗ ਕਰਦੇ ਆ ਮਤਲਬ ਹਿਅਰਿੰਗ ਦੇ ਅੰਦਰ ਜਿਹੜੀ ਕੁਐਸਚਨਿੰਗ ਅਸੀਂ ਕਰਦੇ ਆ ਇੰਸ਼ੋਰੈਂਸ ਕੰਪਨੀ ਨੂੰ ਉਹ ਐਸੀ ਕਰਦੇ ਆ ਐਜ਼ ਅ ਐਡਵੋਕੇਟ ਔਨ ਬਿਹੈਫ ਆਫ ਦਾ ਕੰਪਲੇਨੈਂਟ ਉਹ ਜਿਹੜਾ ਟਵਿਨ ਰੋਲ ਹੈ ਬਟ ਲੇਕਿਨ ਐਕ ਵਾਜ਼ੀ ਜੁਡੀਸ਼ੀਅਲ ਵਿੱਚ ਹੁੰਦਾ ਹੀ ਹੈ ਵਾਜ਼ੀ ਜੁਡੀਸ਼ੀਅਲ ਵਿੱਚ ਕੋਈ ਕੋਈ ਵੀ ਜਿਹੜਾ ਐ ਐਡਵੋਕੇਟ ਨਹੀਂ ਹੁੰਦਾ ਜੱਜ ਸਾਹਿਬ ਖੁਦ ਹੀ ਆਪਣੇ ਆਪ ਪੁੱਛਦੇ ਹੈਗੇ ਹਾਂ ਜੀ ਤੁਸੀਂ ਇਹ ਦੱਸੋ ਅਗਰ ਇਹ ਹੈ ਤੇ ਇਹ ਕੀ ਇਹਦਾ ਇਹਦਾ ਕੀ ਕਾਰਨ ਹੈ ਤੁਸੀਂ ਇਹ ਪਾਲਿਸੀ ਇਸ ਤਰ੍ਹਾਂ ਕਿਉਂ ਇਸ਼ੂ ਕਰਦੀ ਜਿਹੜੀ ਕ੍ਰੋਸ਼ਨ ਜਿਹੜੀ ਕ੍ਰਾਸ ਕੁਚ ਨਹੀਂ ਹੈ ਉਹ ਜੱਜੀ ਕਰ ਦੇ ਔਰ ਐਸੀ ਇਨਸ਼ੋਰ ਕਰਦੇ ਆ ਕਿ ਭਈ ਕੋਈ ਵੀ ਕੰਪਲੇਨੈਂਟ ਨੂੰ ਐਸਾ ਨਾ ਲੱਗੇ ਕਿ ਕੰਪਨੀ ਐਡਵਾਂਟੇਜ ਵਿੱਚ ਹੈ ਜਸਟ ਬਿਕੋਜ਼ ਅਧਿ ਵਿੱਚ ਐਡਵੋਕੇਟ ਨਹੀਂ ਅਲਾਉ ਤੇ ਅਗਰ ਸੁਪੋਜ਼ ਕੰਪਲੇਨੈਂਟ ਮੈਂ ਆ ਮੈਂ ਤੁਹਾਨੂੰ ਅਪੀਲ ਕੀਤਾ ਤੇ ਤੁਸੀਂ ਆਪਣਾ ਫੈਸਲਾ ਸੁਣਾਤਾ ਤੇ ਮੈਂ ਉਸ ਫੈਸਲੇ ਤੋਂ ਸੈਟੀਸਫਾਈਡ ਨਹੀਂ ਆ ਜੀ ਤੇ ਮੈਨੂੰ ਫਿਰ ਅੱਗੇ ਕਿੱਥੇ ਅਪੀਲ ਕਰਨੀ ਹੋਏ ਕਈ ਫੋਰਮ ਹੈ ਸਰ ਜਨਰਲੀ ਕਿਉਂਕਿ ਨਾ ਇਸ ਤਰ੍ਹਾਂ ਐਸੀ ਜਿਹੜਾ ਓਮਬਡਸਮੈਨ ਜਿਹੜੇ ਕੇਸਿਸ ਕਰਦੇ ਆ ਸਾਡੀ ਸਕੀਮ ਕਹਿੰਦੀ ਹੈ ਕਿ ਅਗਰ ਤੁਸੀਂ ਕਿਸੇ ਹੋਰ ਫੋਰਮ 'ਚ ਨਹੀਂ ਗਏ ਸਪੋਜ਼ ਤੁਸੀਂ ਆਲਰੇਡੀ ਕੰਜ਼ਿਊਮਰ ਫੋਰਮ 'ਚ ਆਪਣੀ ਐਗਜ਼ੌਸਟ ਕਰ ਚੁੱਕੇ ਹੋ ਜਾਂ ਸਿਵਲ ਕੋਰਟ 'ਚ ਐਗਜ਼ੌਸਟ ਕਰ ਚੁੱਕੇ ਹੋ ਜਾਂ ਹਾਈ ਕੋਰਟ 'ਵਿਚ ਤੁਸੀਂ ਜਾ ਚੁੱਕੇ ਹੋ ਜਾਂ ਤੁਹਾਡਾ ਮੈਟਰ ਜਿਹੜਾ ਹੈ ਆਰਬਿਟਰੇਟਰ ਕੋਲ ਪਿਆ ਹੈ ਉਹ ਕੇ ਸਾਡੇ ਕੋਲ ਨਹੀਂ ਲੱਗ ਸਕਦੇ ਤੇ ਬੜੀਆ ਤੇ ਐਹੀ ਹੋਏਗਾ ਕਿਉਂਕਿ ਸਾਡੇ ਕੋਲ ਤੁਸੀਂ ਪਹਿਲੇ ਆਓ उस तो बादल ऑप्शन फिर वो सारिया है कि तुम या तो कंज्यूमर फोरम जा सकते हो डिपेंडिंग अपॉन कि मोनिटरी लिमिट है तुम्हें चाहे डिस्ट्रिक्ट जाओ चाहे स्टेट जाओ चाहे नैशनल कमीशन जाओ या तो हाई कोर्ट में भी फाइल कर सद कि भई है मेरा जरा मेरे नाल गलत हो आई एम नॉट सैटिस्फाइड विद दिस डिशीजन वो ऑप्शनस अवेलेबल है ਤੇ ਤੁਸੀਂ ਮੋਨਿਟਰੀ ਲਿਮਿਟ ਦੀ ਗੱਲ ਕੀਤੀ ਕਿੰਨੀ ਮੋਨਿਟਰੀ ਲਿਮਿਟ ਤੱਕ ਤੁਹਾਡੇ ਕੋਲ ਇੱਕ ਕੰਪਲੇਨੈਂਟ ਆ ਸਕਦਾ ਸਾਡੇ ਕੋਲ ਸਰ ਜਿਹੜੀ ਓਮਬਡਸਮੈਨ ਸਕੀਮ ਦੀ ਮੋਨਿਟਰੀ ਲਿਮਿਟ ਹੈ ਹਰ ਜਗ੍ਹਾ ਜਿਸ ਤਰ੍ਹਾਂ ਕੰਜ਼ਿਊਮਰ ਫੋਰਮ ਵਿੱਚ ਵੀ ਸੈੱਟ ਹੈਗੀ ਮੋਨਿਟਰੀ ਲਿਮਿਟ ਹੈ ਸਾਡੇ ਅਤੇ 30 ਲੱਖ ਦੀ ਮੋਨਿਟਰੀ ਲਿਮਿਟ ਹੈ ਅਗਰ ਕੋਈ ਕਲੇਮ ਜਾਂ ਕੋਈ ਪਾਲਿਸੀ ਰਿਲੇਟਿਡ ਮੁੱਦਾ ਜਿਹਦੀ ਕੁਆਂਟੀਟੇਟਿਵ ਵੈਲਿਊ 30 ਲੱਖ ਤੱਕ ਹੈ ਉਹ ਸਾਰੇ ਮੈਟਰ ਜਿਹੜੇ ਹੈ ਓਮਬਡਸਮੈਨ ਡਿਸਾਈਡ ਕਰਦਾ ਹੈ ਤੇ ਅਗਰ 30 ਲੱਖ ਤੋਂ ਉੱਪਰ ਹੈ ਕਿਸੇ ਦੀ ਪਾਲਿਸੀ ਉਹਨੂੰ ਫਿਰ ਕਿੱਥੇ ਜਾਣਾ ਹੋਏਗਾ ਉਹਨੂੰ ਫਿਰ ਕੰਜ਼ਿਊਮਰ ਫੋਰਮ ਜਾਣਾ ਪਏਗਾ ਉਹਨੂੰ ਜਿਸ ਤਰ੍ਹਾਂ ਉਹਨਾਂ ਡਿਸਟ੍ਰਿਕਟ ਫੋਰਮ ਸਭ ਤੋਂ ਪਹਿਲੇ ਆਉਂਦਾ ਹੈ 30 ਲੱਖ ਤੋਂ ਬਾਅਦ ਉਹੀ ਆਉਂਦਾ ਹੈ ਡਿਸਟ੍ਰਿਕਟ ਫੋਰਮ ਆਉਂਦਾ ਹੈ ਫਿਰ ਸਟੇਟ ਆਉਂਦਾ ਹੈ ਫਿਰ ਨੈਸ਼ਨਲ ਆਉਂਦਾ ਹੈ ਗਵਰਨਮੈਂਟ ਦੇ ਵਿੱਚ ਅਜੇ ਆਈ ਥਿੰਕਿੰਗ ਚੱਲ ਰਹੀ ਹੈ ਕਿ Ombudsmen ਦੀ ਕਿਉਂਕਿ ਇਫੈਕਟਿਵਨੈਸ ਜਿਹੜੀ ਹੈ ਇਸ ਇੰਸਟੀਟਿਊਸ਼ਨ ਦੀ ਬਹੁਤ ਜ਼ਿਆਦਾ ਹੈ ਮੈਂ ਸਿਰਫ ਚੰਡੀਗੜ੍ਹ ਦੀ ਗੱਲ ਨਹੀਂ ਕਰ ਰਿਹਾ ਮੈਂ ਪੈਨ ਇੰਡੀਆ ਜਿਹੜੇ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿੰਨ ਤੁਸੀਂ ਅਗਰ ਡਾਟਾ ਵੀ ਨਿਕਾਲ ਕੇ ਦੇਖੋਗੇ ਤੁਹਾਨੂੰ ਉਹਦੇ ਵਿੱਚ ਵੀ 30 ਦਿਨ ਔਰ 90 ਦਿਨ ਦਾ ਹੈ ਟਾਈਮ ਲਾਈਨ ਹੈ ਲੇਕਿਨ ਕਿੰਨੇ ਕੇਸ ਸੈਟਲ ਹੁੰਦੇ ਤੇ ਉਸ ਇਤਨਾ ਨਾਲ ਗਵਰਨਮੈਂਟ ਵਿੱਚ ਇੱਕ ਸ਼ਾਇਦ ਥਿੰਕਿੰਗ ਚੱਲ ਰਹੀ ਹੈ ਕੋਈ ਅਨੋਫੀਸ਼ੀਅਲੀ ਗਰੁੱਪ ਇਹ ਵੀ ਸੋਚ ਰਿਹਾ ਹੈ ਸਾਡੇ ਕੋਲੋਂ ਵੀ ਉਹਨਾਂ ਨੇ ਇਨਪੁੱਟਸ ਲਿੱਤੇ ਹੈ ਕਿ ਇਹਦੀ ਲਿਮਿਟ ਵਧਾਈ ਜਾ ਸਕਦੀ ਹੈ ਨਹੀਂ ਕਿਉਂਕਿ ਐਤੋਬਾਦ ਸਿਰਫ ਉਹ ਕੰਜ਼ਿਊਮਰ ਫੋਰਮ ਜਾ ਸਕਦਾ ਹੈ ਤੁਸੀਂ ਇਫੈਕਟਿਵਨੈਸ ਦੀ ਗੱਲ ਕੀਤੀ ਵੀ ਸਾਡੀ ਸੰਸਥਾ ਦੀ ਬਹੁਤ ਇਫੈਕਟਿਵ ਹੈ ਡਿਸੀਜਨਸ ਉਹ ਤੁਸੀਂ ਕਿਵੇਂ ਇਨਸ਼ੋਰ ਕਰਦੇ ਹੋ ਕਿ ਉਹ ਜਸਟਿਸ ਕੰਪਲੇਨੈਂਟ ਨੂੰ ਮਿਲ ਜਾਏ ਜਦੋਂ ਤੁਸੀਂ ਇੱਕ ਫੈਸਲਾ ਦੇ ਦਿੱਤਾ ਸਪੋਜ਼ ਕੰਪਨੀ ਉਹਨੂੰ ਦੇਰ ਕਰ ਰਹੀ ਹੈ ਇੰਪਲੀਮੈਂਟ ਕਰਨ ਲਈ ਜਾਂ ਕੁਝ ਹੋਰ ਸਮੱਸਿਆਵਾਂ ਹੋ ਰਹੀ ਹੈ ਤੁਹਾਡਾ ਕੀ ਪ੍ਰੋਸੈਸ ਹੈ ਕਿ ਉਹ ਇਨਸ਼ੋਰ ਕਰੇ ਵੀ ਕੰਪਲੇਨੈਂਟ ਨੂੰ ਉਹਦਾ ਹੱਕ ਮਿਲ ਜਾਏ ਐਸੀ ਤੇ ਕਿਉਂਕਿ ਸਰ ਮੈਂ ਜਿਹਾ ਸਾਰੇ ਸਿਸਟਮ ਡਰਾਈਵਨ ਹੈ ਔਰ ਮੈਂ ਮਤਲਬ ਅਗਰ ਚੰਡੀਗੜ੍ਹ ਦੀ ਗੱਲ ਕਰਾਂ ਕਿ ਚੰਡੀਗੜ੍ਹ ਵਿੱਚ ਹਾਜ਼ਲੀ ਮੇਰਾ ਅਗਰ 5% ਜਿਹੜੇ ਅਵਾਰਡ ਹੋਣੇ ਜਿਹੜੇ ਪਿਛਲੇ ਮਹੀਨੇ ਕੀਤੇ ਹੈ ਉਹ ਹੀ ਪੈਂਡਿੰਗ ਹੈਗੇ ਕੰਪਲਾਈਂਸ ਉਹ ਐਸੀ ਉਹਦਾ ਕੰਪਲਾਈਂਸ ਮੰਗਦੇ ਆ ਕੰਪਨੀ ਕੋਲੋਂ ਔਰ ਸਾਡੇ ਉੱਤੇ ਜਿਹੜਾ ਸਾਡੀ ਕੰਟਰੋਲਿੰਗ ਬਾਡੀ ਹੈ ਜਿਹੜੇ 17 ਦੇ 17 ਓਮਬਡਸਮੈਨ ਨੂੰ ਕੰਟਰੋਲ ਕਰ ਰਿਹਾ ਹੈ ਉਹ ਸਿਸਟਮ ਵਿੱਚ ਦੇਖ ਪਾਉਂਦਾ ਹੈ ਕਿ ਕਿਹੜੀ ਇੰਸ਼ੋਰੈਂਸ ਕੰਪਨੀ ਹੈ ਜਿਨ੍ਹਾਂ ਨੇ ਇਸ ਅਵਾਰਡ ਜਿਹੜਾ ਹੈ ਚੰਡੀਗੜ੍ਹ ਦਾ ਜਾਂ ਹੋਰ ਕਿਸੇ ਓਮਬਡਸਮੈਨ ਦਾ ਪੈਂਡਿੰਗ 'ਤੇ ਹੈ ਉਹ ਫਾਲੋਅ ਅਪ ਕਰਦੇ ਆ ਔਰ IRDA ਵੀ ਮੋਨਿਟਰ ਕਰਦਾ ਹੈ ਨੂੰ ਤਾਂ ਇਹ ਬੜਾ ক্লোਜ਼ ਮੋਨਿਟਰਿੰਗ ਹੈ ਔਰ ਸਾਡਾ ਇੱਕ ਕਾਉਂਸਲ ਆਫ ਇੰਸ਼ੋਰੈਂਸ ਕਾਉਂਸਲ ਹੈ ਓਮਬਡਸਮੈਨ ਦਾ ਜਿੱਤੇ ਵਿੱਚ ਸਾਰੇ ਲੂਮਿਨਰੀਜ਼ ਹੈ ਸੀਐਮਡੀਜ਼ ਹੈ ਇੰਸ਼ੋਰੈਂਸ ਕੰਪਨੀ ਦੇ ਮਿਨਿਸਟਰੀ ਆਫ ਫਾਈਨੈਂਸ ਤੋਂ ਹੈ ਮੈਂਬਰ ਆਈਆਰਡੀਆ ਹੈ ਆਈਆਈਡੀਆ ਚੇਅਰਮੈਨ ਹੈ ਔਰ ਇਹ ਜਿਹੜੇ 10 ਲੋਕ ਹੈ ਇਹ ਸਿਲੇਕਸ਼ਨ ਕਰਦੇ ਕਿ ਕਿਹੜਾ ਬੰਦਾ ਲੋਕਪਾਲ ਵਾਸਤੇ ਸਿਲੈਕਟ ਕਰਨਗੇ ਇਹ ਜਿਹੜਾ ਕਾਉਂਸਲ ਹੈ ਇਹ ਬੜੀ ਹਾਈ ਹਾਈ ਪਾਵਰਡ ਕਮੇਟੀ ਹੈ ਔਰ ਸਾਡਾ ਅਪਰੇਜ਼ਲ ਵੀ ਉਹੀ ਕਰਦੇ ਸਾਡੇ ਅਪਰੇਜ਼ਲ ਵਾਸਤੇ ਵੀ ਉਹ ਦੇ ਆਰ ਦਾ ਬਿਕੋਜ਼ खाली नहीं छड़े हुआ है उन्होंने उन्होंने साढ़े वास्ते भी कि भई यह किस तरह परफॉर्मेंस कर रहे हो इस सेंटर की रिव्यू होंगी अलग एडवाइजरी कमेटी है कि चीफ सैक्रटरी है कित यू नो बड़े टॉप ऑफिशियल है जो सूपेज़ करते और वह भी मोनीटर करते हैं कि किंपनी जी अवॉर्ड कंपलाइंसिज नहीं कर रही तो मोनीटरिंग सिस्टम इज़ वेरी गुड ਇੱਥੇ ਮੈਂ ਇਹ ਸੋਚ ਰਿਹਾ ਸੀਗਾ ਵੀ ਤੁਸੀਂ ਇੱਕ ਡਿਸੀਜਨ ਦੇ ਦਿੱਤਾ ਜੀ ਉਹਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਕੰਪਨੀ ਨੇ ਇੰਪਲੀਮੈਂਟ ਕਰਨਾ ਹੈ ਜੀ ਸਰ ਜੇ ਉਸ ਇੱਕ ਮਹੀਨੇ ਦੇ ਅੰਦਰ ਉਹ ਕੰਪਨੀ ਉਹਨੂੰ ਇੰਪਲੀਮੈਂਟ ਨਹੀਂ ਕਰਦੀ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਦੇ ਸਕਦੇ ਸਰ ਸਜ਼ਾ ਦਾ ਪ੍ਰਬੰਧਨ ਜਿਹੜਾ ਹੈ ਉਹੰਬਡਸਮੈਨ ਸਕੀਮ ਦੇ ਅੰਦਰ ਸਜ਼ਾ ਦਾ ਕੋਈ ਪ੍ਰਬੰਧਨ ਨਹੀਂ ਹੈ ਸਾਡਾ ਜਿਹੜਾ ਫੰਕਸ਼ਨਿੰਗ ਹੈ ਔਰ ਬੈਂਕਿੰਗ ਹੰਬਡਸਮੈਨ ਵਿੱਚ ਸ਼ਾਇਦ ਇੱਕੋ ਹੀ ਐਵੀ ਮੇਜਰ ਡਿਫਰੈਂਸ ਹੈਗਾ ਕਿ ਉੱਥੇ ਕੰਪਨਸੇਸ਼ਨ ਅਲਾਓ ਅਵਾਰਡ ਕਰ ਸਕਦੀ ਹੈ बैंकिंग वोमडस वैन कैन अवॉर्ड कॉम्पनसेशन कि हाँ भी तुम्हें यह हरसमेंट की है, है। सामें नहीं है बिकॉज यह बेसिकली प्रोमिनेंटली असं चाहते हाँ कि सुलह सफाई काम होए मीडिएशन होए जो अजक सुप्रीम कोर्ट किसी किसी भी कोर्ट चले जाओ क्योंकि पहले मीडिएएशन जाओ सी ए जो फोरम जो गवर्मेंट ने प्रोवाइड किया है यह बेसिकली एक मीडिएन का प्लेटफॉर्म है ये कॉम्पनसेशन और पनिशमेंट सू स्ट्रिक्चर भी पास नहीं कर सकते अं लेकिन ऐसी अवार्ड अगर कोई पास करते हैं और सू लगता तो है एडा रेगुलेटरी इंटरवेंशन चाहिए है आई हैव रेफर्ड सो मैनी केसिज टू आई आर डी ए कि पॉलिसी का यह जो प्रोडक्ट कंसट्रक्ट है यह ठीक नहीं है पॉलिसी होल्डर इंटरस्ट में नहीं है या ऐसी अवार्ड में मैनशन कर दें कि के केस है जो अवॉर्ड है यह पुटअप करो कंपनी के बोर्ड में बोर्ड फिर डिस्कस होंगे ਕਿ ਭਈ ਹੈ ਮਤਲਬ ਸਿਸਟਮਿਕ ਕਰੈਕਸ਼ਨ ਆਸਤੇ ਤੇ ਅਸੀਂ ਉਸ ਤਰ੍ਹਾਂ ਦੇ ਕੰਮ ਤੇ ਕਰ ਸਕਦੇ ਆ ਲੇਕਿਨ ਸਰ ਪਨਿਸ਼ਮੈਂਟ ਦਾ ਕੋਈ ਪ੍ਰਵਧਾਨ ਨਹੀਂ ਹੈ ਸਾਡੇ ਸਰਚ ਸਕੀਮ ਚ ਜੈਰਤ ਸਾਹਿਬ ਜਿਵੇਂ ਤੁਸੀਂ ਇੱਕ ਅਵਾਰਡ ਦਿੱਤਾ ਇੱਕ ਡਿਸੀਜਨ ਲੈ ਲਿਆ ਔਰ ਉਸ ਕੰਪਲੇਨੈਂਟ ਨੂੰ ਕੰਪਨਸੇਸ਼ਨ ਵੀ ਮਿਲ ਗਈ ਉਸ ਤੋਂ ਬਾਅਦ ਅਗਰ ਉਹ ਚਾਹੁੰਦਾ ਹੈ ਕਿ ਮੈਂ ਇਹਨੂੰ ਰਿਵਿਊ ਕਰਾਂ ਉਹਦਾ ਵੀ ਕੁਝ ਪ੍ਰਵਧਾਨ ਹੈ ਨਹੀਂ ਸਰ ਰਿਵਿਵ ਬਦਾਇਦਾ ਕੋਈ ਪ੍ਰਵਧਾਨ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ 60% ਕੇਸ ਤੇ ਅਸੀਂ ਐਗਰੀਮੈਂਟ ਕਰਾਨੇ ਆ ਕੰਪਨੀ ਮੰਨ ਜਾਂਦੀ ਹੈ ਕਿ ਹਾਂ ਜੀ ਡਿਸੀਜਨ ਗਲਤ ਹੈ ਫਿਰ ਐਸੀ ਕੰਪਲੇਨੈਂਟ ਨੂੰ ਵੀ ਪੁੱਛਦੇ ਆ ਕਿ ਇਹ ਤੁਹਾਨੂੰ ਮਨਜ਼ੂਰ ਹੈ ਤੇ ਅਗਰ ਇੱਕ ਵਾਰੀ ਕੋਈ ਮੈਟਰ ਕੰਸਿਲੀਏਸ਼ਨ ਵਿੱਚ ਆ ਜਾਂਦਾ ਹੈ ਮੀਡੀਏਸ਼ਨ ਹੋ ਜਾਂਦੀ ਹੈ ਉਹਦਾ ਅਵਾਰਡ ਵੀ ਪਾਸ ਹੋ ਜਾਂਦਾ ਹੈ ਉਹਦਾ ਕੋਈ ਰਿਵਿਊ ਦਾ ਪਰਵਲ ਨਹੀਂ ਕੋ ਜਿਸ ਤਰ੍ਹਾਂ ਤੁਸੀਂ ਲੋਕ ਅਦਾਲਤ ਵਿੱਚ ਵੀ ਜਾਂਦੇ ਹੋ ਸਰ ਅਗਰ ਤੁਸੀਂ ਐਗਰੀਮੈਂਟ ਕਰ ਲਿੱਤਾ ਤੁਸੀਂ ਉਹਦੇ ਅਗੇਂਸਟ ਅਪੀਲ ਨਹੀਂ ਕਰ ਸਕਦੇ ਯੂ ਐਸ ਪੀ ਜਿਹੜੀ ਲੋਕ ਅਦਾਲਤ ਦੀ ਹੈ ਇਹ ਯੂ ਐਸ ਪੀ ਹੈ ਕਿ ਇੱਕ ਵਾਰੀ ਐਗਰੀਮੈਂਟ ਹੋ ਗਿਆ ਨਾ ਤੇ ਅਪੀਲ ਵੀ ਤੇ ਹੋਰ ਜਿਹੜੇ ਡਿਫਰੈਂਟ ਲੈਵਲ ਤੇ ਹੈ ਹਾਈ ਕੋਰਟ ਲੈਵਲ ਸੁਪਰੀਮ ਕੋਰਟ ਸਭ ਕਮ ਹੋ ਜਾਂਦੀਆਂ ਹੈ ਤੇ ਐਸੀ ਕਰਕੇ ਕਹਿੰਦੇ ਆ ਲੋਕ ਅਦਾਲਤ ਜਿਹੜਾ ਮੈਕੈਨਿਜ਼ਮ ਹੈ ਬਹੁਤ ਅੱਛਾ ਹੈ ਕਿਉਂਕਿ ਉਹਦੇ ਉਹਦੇ ਬਾਅਦ ਉਹ ਅਪੀਲ ਨਹੀਂ ਹੈ ਲਿਟੀਗੇਸ਼ਨ ਖਤਮ ਹੋ ਜਾਂਦੀ ਹੈ ਉਸ ਤਰ੍ਹਾਂ ਹੀ ਸਾਡਾ ਹੈ ਸਰ ਕਿ ਐਸੀ ਅਗਰ ਇੱਕ ਵਾਰੀ ਆਰਬਿਟਰੇਸ਼ਨ ਚ ਅਵਾਰਡ ਮੀਡੀਏਸ਼ਨ ਚ ਅਵਾਰਡ ਕਰ ਦਿੰਨੇ ਆ ਫਿਰ ਉਹਦੇ ਅਗੇਂਸਟ ਅਪੀਲ ਨਹੀਂ ਹੈ ਸਰ ਉਹ ਰਿਵਿਊ ਨਹੀਂ ਹੈ ਸਰ ਉਹਦਾ ਜੈਰੇ ਸਾਹਿਬ ਇੱਥੇ ਮੇਰੇ ਜ਼ਿਹਨ ਵਿੱਚ ਇੱਕ ਸਵਾਲ ਆ ਰਿਹਾ ਸੀਗਾ ਕਿ ਜਦੋਂ ਕੋਈ ਬੰਦਾ ਰਿਟਾਇਰ ਹੁੰਦਾ ਹੈ ਜਾਂ ਕਿਸੇ ਹੋਰ ਪਾਸੋਂ ਉਹਦੇ ਕੋਲ ਕੁਝ ਪੈਸਾ ਆਉਂਦਾ ਹੈ ਤੇ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂਜ਼ ਉਹਨੂੰ ਅਪਰੋਚ ਕਰਦੀਆਂ ਨੇ ਕਿ ਤੁਸੀਂ ਇਹ ਸਕੀਮ ਲੈ ਲਓ ਤੁਸੀਂ ਇਹ ਸਕੀਮ ਲੈ ਲਓ ਤੁਹਾਨੂੰ ਇਹ ਫਾਇਦਾ ਹੋਏਗਾ ਇਸ ਸਥਿਤੀ ਵਿੱਚ ਇੱਕ ਆਮ ਬੰਦੇ ਨੂੰ ਕੀ ਖਾਸ ਸਾਵਧਾਨੀਆਂ ਵਰਤਣੀਆਂ ਚਾਹੀਦੀ ਸੀ ਸਰ ਇਹ ਜਨਾ ਮੈਂ ਮੈਂ ਤੇ ਉਸੇ ਬੇਸਿਸ ਤੇ ਬੋਲਾਂਗਾ ਜਦੋਂ ਮੈਂ ਈਵੈਲਿਊਏਟ ਕਰਦਾ ਸਾਡੇ ਕੋਲ ਕਿਸ ਤਰ੍ਹਾਂ ਦੇ ਕੇਸ ਆਂਦੇ ਹੈ ਤੇ ਮੈਂ ਦੇਖਦਾ ਕਿ ਬਈ ਜਿਹੜੇ ਸੀਨੀਅਰ ਸਿਟੀਜ਼ਨ ਹੈ ਜਾਂ ਜਿਸ ਤਰ੍ਹਾਂ ਕੋਈ ਆਦਮੀ ਰਿਟਾਇਰ ਹੋਇਆ ਇਕੱਠਾ ਪੈਸਾ ਮਿਲਿਆ ਉਹਨੂੰ ਜਾਂ ਜਿਸ ਤਰ੍ਹਾਂ ਫੌਜੀ ਰਿਟਾਇਰ ਹੋ ਕੇ ਆਇਆ ਪੀਐਫ ਗ੍ਰੈਚੁਇਟੀ 15 20 ਲੱਖ ਰੁਪਏ ਮਿਲੀਏ ਉਹ ਬੜੇ ਈਜ਼ੀ ਟਾਰਗੇਟ ਹੁੰਦੇ ਹੈ ਜਨਰਲੀ ਉਹਨਾਂ ਨੂੰ ਅਪਰੋਚ ਕੀਤਾ ਜਾਂਦਾ ਹੈ ਤੇ ਉਹਨਾਂ ਵਾਸਤੇ ਮੈਨੂੰ ਮੈਂ ਛੋਟੇ ਪੰਜ-ਛੇ ਮੈਸੇਜ ਦੇਣਾ ਚਾਹਨਾ ਬੜਾ ਜ਼ਰੂਰੀ ਹੈ ਲੇਕਿਨ ਕਿਉਂਕਿ ਲੋਗ ਹੈ ਗੱਲ ਭੁੱਲ ਜਾਂਦੇ ਹੈ ਸਾਡੇ ਕੋਲ ਜਿਸ ਤਰ੍ਹਾਂ ਜ਼ਿਆਦਾ ਕੇਸ ਆਂਦੇ ਹੈ ਉਹਦੇ ਵਿੱਚ ਆਂਦੇ ਹੈ ਕਿ ਭਈ ਅ ਇੰਸ਼ੋਰੈਂਸ ਕੰਪਨੀ ਜਾਂ ਦਾ ਬ੍ਰੋਕਰ ਜਾਂ ਏਜੰਟ ਇਹ ਕਹਿ ਕੇ ਪਾਲਸੀ ਵੇਚਦਾ ਹੈ ਕਿ ਤੁਹਾਨੂੰ ਜੀ ਅਗਰ ਹੈ ਤੁਸੀਂ ਪਾਲਸੀ ਖਰੀਦੋਗੇ ਤੁਹਾਨੂੰ 15 ਲੱਖ ਦਾ ਲੋਨ ਮਿਲ ਜਾਏਗਾ ਲੋਕੀ ਆ ਜਾਂਦੇ ਹੈ ਕਿਉਂਕਿ ਲਾਲਚ ਆ ਜਾਂਦੇ ਹੈ ਕਿ ਹਾਂ ਯਾਰ ਮੈਨੂੰ 15 ਲੱਖ ਦਾ ਲੋਨ ਮਿਲ ਰਿਹਾ ਦੋ ਪਾਲਸੀ ਤੇ ਲੈਣੀ ਹੈ ਲੱਖ-ਲੱਖ ਰੁਪਏ ਦੀ ਉਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਹਾਂ ਔਰ ਵਿਊਰਸ ਨੂੰ ਇਹ ਕਹਿਣਾ ਚਾਹੁੰਦਾ ਕਿ ਕੋਈ ਵੀ ਇੰਸ਼ੋਰੈਂਸ ਕੰਪਨੀ ਲੋਨ ਨਹੀਂ ਦਿੰਦੀ ਪਾਲਿਸੀ ਇਨ ਲਿਊ ਆਫ ਪਾਲਿਸੀ ਤੇ ਤੁਸੀਂ ਜਿਸ ਤਰ੍ਹਾਂ ਹੀ ਜੋ ਬੰਦਾ ਤੁਹਾਨੂੰ ਅਪਰੋਚ ਕਰਦਾ ਹੈ ਕਿ ਜੀ ਅਗਰ ਤੁਸੀਂ ਦੋ ਪਾਲਿਸੀ ਲਾ ਲਓਗੇ 15 ਲੱਖ 10 ਲੱਖ 20 ਲੱਖ ਦਾ ਲੋਨ ਮਿਲ ਜਾਏਗਾ ਤੁਹਾਨੂੰ ਪਲੀਜ਼ ਉਹ ਤੁਸੀਂ ਮੰਨ ਕੇ ਚੱਲੋਗੇ ਇਹ ਫਰੋਡ ਹੈ ਤੇ ਐਦਾ ਧਿਆਨ ਰੱਖਣਾ ਹੈ ਦੂਸਰਾ ਜਿਹੜਾ ਸਾਡੇ ਕੋਲ ਬੜੇ سارے ਕੇਸ ਇਸ ਤਰ੍ਹਾਂ ਆਏ ਕਿ ਭਈ ਬ੍ਰੋਕਰ ਨੇ ਪਾਰਟੀ ਨੂੰ ਅਪਰੋਚ ਕੀਤਾ ਜਿਨਗਲ ਜ਼ਮੀਨ ਹੈਗੀ ਰੂਰਲ ਏਰੀਆ ਚ ਹੈਗੇ ਕਿ ਤੁਸੀਂ ਨਾ ਦੋ ਪਾਲਸੀਆਂ ਲਲੋ ਤੁਹਾਡੇ ਟਾਵਰ ਲਗਾ ਦੇਵਾਂਗੇ Jio ਟਾਵਰ ਲਾ ਦੇਵਾਂਗੇ ਜਾਂ Airtel ਦਾ ਟਾਵਰ ਲਾ ਦੇਵਾਂਗੇ ਔਰ ਤੁਹਾਡੀ ਇੱਕ ਫਿਕਸਡ ਇਨਕਮ ਸ਼ੁਰੂ ਹੋ ਜਾਏਗੀ ਇਹ ਇਹ ਵੀ ਮੈਂ ਤੁਸਨਾ ਚਾਹਨਾ ਕਿ ਟਾਵਰ ਲਾਨ ਵਾਲੀ ਕੰਪਨੀ ਅਲੱਗ ਹੈ ਇੰਸ਼ੋਰੈਂਸ ਵਾਲੀ ਅਲੱਗ ਹੈ ਨਾ ਆਪਸ ਚ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਔਰ ਜੋ ਆਦਮੀ ਜਾਂ ਜੋ ਇੰਸ਼ੋਰਰ ਜਾਂ ਜੋ ਇੰਟਰਮੀਡੀਅਰੀ ਇਹ ਕਹਿ ਕੇ ਤੁਹਾਨੂੰ ਪਾਲਸੀ ਬੇਚ ਰਿਹਾ ਹੈ ਜੇ ਤੁਹਾਡੇ ਟਾਵਰ ਲੱਗ ਜਾਏਗਾ ਤੇ ਇਹ ਫਰਾਡ ਹੈਗਾ ਤੁਸੀਂ ਵੀ ਕੇਅਰਫੁਲ ਸਾਡੇ ਕੋਲ ਮਤਲਬ ਅਗਰ ਮਿਸ ਸੇਲਿੰਗ ਦੇ ਕੇਸ ਆਂਦੇ ਹੈ ਤਾਂ 30% ਕੇਸ ਐਸੇ ਹੀ ਹੈ ਜਿਹੜਾ ਐਸ ਕੈਟਾਗਰੀ ਜਾਂਦੇ ਔਰ ਪੰਜਾਬ ਵਿੱਚ ਰੈਂਪੰਟ ਹੈਗਾ ਪੰਜਾਬ ਵਾਲਾ ਮਤਲਬ ਜੋ ਇੰਟੀਰੀਅਰ ਪੰਜਾਬ ਹੈਗਾ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਕੋਲੋਂ 20 25 30 ਪਾਲਸੀਆਂ ਉਹਨਾਂ ਨੇ ਉਹਨੂੰ ਬੇਚੀ ਹੈ ਟਾਵਰ ਦੇ ਕਹਿ ਕੇ ਦੂਸਰਾ ਜਿਹੜਾ ਸਰ ਇੱਕ ਇੱਕ ਹੋਰ ਪੁਆਇੰਟ ਜਿਹੜਾ ਇਹ ਕਾਮਨ ਕੰਪਲੇਂਟ ਜਿਸ ਤਰ੍ਹਾਂ ਆਂਦੀ ਹੈ ਜਿਹਦੇ ਵਿੱਚ ਵਿਊਅਰਸ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਪਾਲਸੀ ਹੈ ਲੇਕਿਨ ਇਹ ਨਾ ਫਿਕਸਡ ਡਿਪੋਜ਼ਿਟ ਹੈਗੀ ਇਹ ਕਹਿ ਕੇ ਵੇਚ ਦਿੰਦੇ ਹੋ ਲੇਕਿਨ ਸਾਰੇ ਪਾਲਸੀ ਹੋਲਡਰ ਜਿਹੜੇ ਹੈ ਸਾਡੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਫਿਕਸਡ ਡਿਪੋਜ਼ਿਟ ਜਿਹੜਾ ਹੈ ਉਹ ਬੈਂਕਿੰਗ ਪ੍ਰੋਡਕਟ ਹੈਗਾ ਪਾਲਸੀ ਜਿਹੜੀ ਹੈ ਉਹ ਇੰਸ਼ੋਰੈਂਸ ਦਾ ਪ੍ਰੋਡਕਟ ਹੈਗਾ ਤੇ ਦੋਨੋਂ ਸੇਮ ਨਹੀਂ ਹੈ ਅਗਰ ਕੋਈ ਆਦਮੀ ਐ ਐਸਾ ਕਹਿੰਦਾ ਵੀ ਹੈ ਤੇ ਪਾਲਸੀ ਕੰਡੀਸ਼ਨ ਚ क्लियरली पढ़ो ਤੁਸੀਂ ਕਿੱਥੇ ਲਿਖਿਆ ਹੈ ਕਿ ਵੀ ਫਿਕਸਡ ਡਿਪੋਜ਼ਿਟ ਹੈ ਕਿੰਨਾ ਰੇਟ ਆਫ ਇੰਟਰਸਟ ਤੁਹਾਨੂੰ ਸਾਲ ਵਿੱਚ ਮਿਲੇਗਾ ਕਦੋਂ ਤੁਸੀਂ ਉਹਨੂੰ ਵਿਡਰਾਅ ਕਰ ਸਕਦੇ ਹੋ ਮੈਚੁਰ ਹੋ ਸਕਦੀ ਹੈ ਉਹ ਚੀਜ਼ਾਂ ਬੜੀ ਜ਼ਰੂਰੀ ਹੈ ਇੱਕ ਹੋਰ ਗਲਤੀ ਜਿਹੜੀ ਜਿਹੜੀ ਗਲਤੀ ਤੇ ਨਹੀਂ ਕਹਾਵਾਂਗਾ ਕਿ ਵੀ ਮਿਸ ਸੇਲਿੰਗ ਟਾਈਪ ਜਿਹੜਾ ਹੈ ਜਿਹੜੇ ਅਨਸਕrupulous ਸੈਲਰਸ ਹੈ ਉਹ ਕਰਦੇ ਹੈ ਕਿ ਕਹਿੰਦੇ ਹੈ ਜੀ ਇਹ ਪ੍ਰੋਪੋਜ਼ਲ ਫਾਰਮ ਹੈ ਤੁਸੀਂ ਸਾਈਨ ਕਰ ਦਿਓ ਬਾਕੀ ਪਾਰ ਲਾਂਗੇ ਅਸੀਂ ਕਦੀ ਨਾ ਪਰੋ ਅਗਰ ਤੁਸੀਂ ਸਮਝਦੇ ਹੋ ਇੰਸ਼ੋਰੈਂਸ ਬਾਰੇ ਤਾਂ ਤੁਸੀਂ ਉਹਨੂੰ ਪੜੋ ਔਰ ਅਗਰ ਨਹੀਂ ਸਮਝ ਆਂਦੇ ਤੇ ਰਿਕੁਐਸਟ ਤੁਹਾਨੂੰ ਇਹ ਹੀ ਹੈ ਕਿ ਆਪਣੇ ਭਰਾ, ਭੈਣ, ਰਿਸ਼ਤੇਦਾਰ, ਬੇਟਾ, ਬੇਟੀ ਕਿਸ ਨੂੰ ਉਹ ਪ੍ਰੋਪੋਜ਼ਲ ਫਾਰਮ ਦਿਖਾ ਕੇ ਤਾਦੀ ਪਰੋ ਕਿਉਂਕਿ ਬੜੇ سارے ਕੇਸ ਆਂਦੇ ਐ ਸਾਡੇ ਕੋਲ ਹੈਂਡਰਾਈਟਿੰਗ ਤੋਂ ਵੀ ਪਤਾ ਲੱਗਦਾ ਹੈ ਕਿ ਆਏ ਬੰਦੇ ਨੇ ਸਿਰਫ ਸਾਈਨ ਕੀਤੇ ਪੰਜਾਬੀ ਵਿੱਚ ਬਸ ਉੱਤੇ ਜਿਹੜਾ ਐ ਸਭ ਅੰਗਰੇਜ਼ੀ 'ਚ ਭਰਿਆ ਹੋਇਆ ਉਹ ਉਹ ਬੜਾ ਧੋਖਾ ਹੁੰਦਾ ਬੜਾ ਬਹੁਤ ਹੀ ਚਾਂਸਸ ਐ ਉਹਦੇ ਵਿੱਚ मतलब बहुत जरूरी है कि सोच समझ के हाँ अपने सूझवान बन के हाँ तुसी कोई भी पॉलिसी खरीदो ताकि ऐसे धोखाधड़ी तो कोई ना हो ना हो अतुल जैरद जी तुम्हें साढ़े स्टूडियो आए तो साढ़े दर्शकों लोगपाल इंश्योरेंस लोकपाल लोगपाल बारे बीमा लोकपाल बारे इन्नी महत्वपूर्ण जानकारी दी तो बहुत 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 शुक्रिया जी बहुत बहुत शुक्रिया थैंक यू वेरी मच जी